ਅਗਲੀ ਖਬਰ ਵੱਲ ਚਲੀਏ ਜਿਹੜੀ ਚਾਈਨਾ ਸਰਕਾਰ ਆ ਉਹ ਯੂ ਐਸ ਏ ਦੇ ਵਿੱਚ ਜੋ ਉਹਨਾਂ ਦੇ ਸਪਾਈ ਬਲੂਨ ਸੀ ਜਦੋਂ ਅਮਰੀਕਾ ਦੀ ਸਰਕਾਰ ਨੂੰ ਪਤਾ ਲੱਗਿਆ ਤੇ ਬਾਅਦ ਦੇ ਵਿੱਚ ਉਹ ਸਿੱਟੇ ਵੀ ਗਏ ਆ ਹੁਣੇ ਖਬਰਾਂ ਆ ਰਹੀਆਂ ਵੀ ਯੂ ਐਸ ਏ ਦੀ ਮਿਲਟਰੀ ਸਾਈਡ ਤੋਂ ਕਾਫੀ ਜ਼ਿਆਦਾ ਇਨਫੋਰਮੇਸ਼ਨ ਆ ਚਾਈਨਾ ਦੇ ਜਿਹੜੇ ਸਪਾਈ ਬਲੂਨ ਸੀ ਉਹਨਾਂ ਨੇ ਕਲੈਕਟ ਕਰ ਲਈ ਹੈਗੀ ਆ ਕਹਿੰਦੇ ਭਈ ਇੱਕ ਸਪਾਈ ਪਲੇਨ ਤਾਂ ਜਿਸ ਏਰੀਏ ਦੇ ਵਿੱਚ ਉੜਦਾ ਸੀ ਉਥੇ ਅਮਰੀਕਾ ਦਾ 에ਅਰਬੇਸ ਹੈਗਾ ਆ ਉਸ ਤੋਂ ਕਾਫੀ ਲੱਗੇ ਤੇ ਉਥੇ ਕਾਫੀ ਜੋ ਨਿਊਕਲਰ ਆਰਸਨਲ ਆ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਉਥੇ ਹੈਗੀ ਆ ਤੇ ਤਿੰਨ ਆਫ ਇਸ ਤਿੰਨ ਆਫੀਸ਼ਲ ਜਿਹੜੇ ਵਾਈਡਨ ਐਡਮਿਨਿਸਟ੍ਰੇਸ਼ਨ ਤੋਂ ਆ ਉਹਨਾਂ ਨੇ ਦੱਸਿਆ ਆ ਭਈ ਇੰਟੈਲੀਜੈਂਸ ਜਿਹੜੀ ਸੈnsਟਿਵ ਸਾਈਟਸ ਤੋਂ ਆ ਉਹ ਚਾਈਨਾ ਵਾਲਿਆਂ ਨੇ ਇਕੱਠੀ ਕਰ ਲਈ ਹੈਗੀ ਆ ਹਾਲਾਂਕਿ ਬਾਅਦ ਦੇ ਵਿੱਚ ਇਹ ਬਲੂਨ ਨੂੰ ਸਿੱਟਿਆ ਵੀ ਗਿਆ ਪਹਿਲਾਂ ਕਾਫੀ ਚਿਰ ਅਮਰੀਕਾ ਦੀ ਸਰਕਾਰ ਇਹ ਜਿਹੜੇ ਬਲੂਨ ਸੀਗੇ ਉਹਨਾਂ ਨੂੰ ਦੇਖਦੀ ਵੀ ਰਹੀ ਬਾਚ ਵੀ ਕਰਦੀ ਰਹੀ ਪਰ ਜਦੋਂ ਇਹ ਇਨਫੋਰਮੇਸ਼ਨ ਪਬਲਿਕ ਹੋ ਗਈ ਉਸ ਤੋਂ ਬਾਅਦ ਇਹਨਾਂ ਨੂੰ ਸ਼ੂਟ ਡਾਊਨ ਕਰਨਾ ਪਿਆ ਪਾਰਵੀ ਮਹੀਨੇ ਦੇ ਵਿੱਚ ਵਾਈਡਨ ਐਡਮਿਨਿਸਟ੍ਰੇਸ਼ਨ ਹੋਣਾ ਨੇ ਇਸ ਜੋ ਸਪਾਈ ਬਲੂਨ ਸੀ ਉਹਨਾਂ ਨੂੰ ਸ਼ੂਟ ਡਾਊਨ ਕੀਤਾ ਸੀਗਾ ਕਹਿੰਦੇ ਵੀ ਯੂ ਐਸ ਏ ਦੀ 에ਅਰ ਸਪੇਸ ਦੇ ਵਿੱਚ ਅਲਾਸਕਾ ਦੇ ਲਾਗੇ ਜਨਵਰੀ 28 ਨੂੰ ਇਹ ਬਲੂਨ ਐਂਟਰ ਹੋਏ ਸੀਗੇ ਮੋਂਟਾਨਾ ਦੇ ਜਿਹੜੀ ਸਟੇਟ ਆ ਉਹਦੇ ਉੱਪਰ ਦੀ ਫਲਾਈ ਕਰ ਰਹੇ ਸੀ ਖਾਸ ਕਰਕੇ ਮੈਲਮਸਟਰਮ 에ਅਰ ਫੋਰਸ بیس ਜੋ ਹੈਗਾ ਆ ਯੂ ਐਸ ਏ ਦਾ ਮੋਂਟਾਨਾ ਦੇ ਵਿੱਚ ਐਨਵੀਸੀ ਨਿਊਜ਼ ਨੇ ਵੀ ਪਹਿਲਾਂ ਰਿਪੋਰਟ ਕੀਤਾ ਸੀ ਕਿ ਚਾਈਨੀਜ਼ ਸਪਾਈ ਬਲੂਨਸ ਫਲਾਈ ਕਰ ਰਹੇ ਆ ਔਰ 올 ਓਵਰ ਯੂ ਐਸ اے ਤੇ ਪ੍ਰੈਜ਼ੀਡੈਂਟ ਜੋ ਵਾਈਡਨ ਹੋਣਾ ਨੇ ਉਸ ਟਾਈਮ ਦੇ ਉੱਤੇ ਹੀ ਸੋਚਿਆ ਸੀ ਵੀ ਇਹਨਾਂ ਨੂੰ ਸ਼ੂਟਡਾਊਨ ਕਰ ਦਿੱਤਾ ਜਾਵੇ ਪਰ ਬਾਅਦ ਦੇ ਵਿੱਚ ਕਾਫੀ ਲੰਮਾ ਸਮਾਂ ਲੱਗਾ ਪਰ ਹੁਣ ਜੋ ਇੱਕ ਇਹ ਵੀ ਇਹਨਾਂ ਦਾ ਚਰਨ ਸੀ ਕਿ ਜੇ ਉਹ ਬਲੂਨਸ ਨੂੰ ਸ਼ੂਟਡਾਊਨ ਕੀਤਾ ਤਾਂ ਜਿਹੜੇ ਗਰਾਊਂਡ ਦੇ ਉੱਤੇ ਆ ਕਿਸੇ ਦਾ ਨੁਕਸਾਨ ਨਾ ਹੋਵੇ ਕਿਉਂਕਿ ਜਿਹੜੇ ਬਲੂਨਸ ਆ ਉਹਨਾਂ ਦਾ ਜਿਹੜਾ ਸਾਈਜ਼ ਆ ਤਿੰਨ ਸਕੂਲ ਦੀਆਂ ਬਸਾਂ ਦੇ ਬਰਾਬਰ ਦੱਸਿਆ ਜਾਂਦਾ ਇੱਕ ਇੱਕ ਬਲੂਨ ਦਾ ਸੋ ਬਹੁਤ ਵੱਡੇ ਸਾਈਜ਼ ਦੇ ਇਹ ਜਿਹੜੇ ਬਲੂਨ ਸਿਗੇ ਆਲਟੀਮੇਟਲੀ ਫਰਵਰੀ 4 ਨੂੰ ਕੋਸਟ ਆਫ ਸਾਊਥ ਕੈਰੋਲਿਨਾ ਦੇ ਵਿੱਚ ਇਹਨਾਂ ਨੂੰ ਸ਼ਟਡਾਊਨ ਕਰ ਦਿੱਤਾ ਗਿਆ ਤੇ ਹੁਣ ਯੂਐਸ ਦੀ ਜਿਹੜੀ ਗਵਰਨਮੈਂਟ ਆ ਉਸ ਨੂੰ ਜੋ ਜਿਹੜਾ ਡੈਮੇਜ ਉੱਥੇ ਇਕੱਠਾ ਹੋਇਆ ਹੈਗਾ ਬਲੂਨਸ ਦਾ ਉਸ ਨੂੰ ਇਕੱਠਾ ਕਰਕੇ ਰੀਸਟਰਕਚਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਸਾਰਾ ਪਤਾ ਚੱਲ ਸਕੇ ਵੀ ਉਹਨਾਂ ਕੀ ਇਨਫੋਰਮੇਸ਼ਨ ਜਿਹੜੀ ਆ ਕਲੈਕਟ ਕੀਤੀ ਆ ਤੇ ਕੀ ਕੀ ਜਿਹੜੇ ਬਲੂਨਸ ਸਿਗੇ ਉਹਦੇ ਵਿੱਚ ਜੋ ਸਮਾਨ ਫਿੱਟ ਕੀਤਾ ਹੋਇਆ ਸੀ ਜੀ ਬਲੂਨ ਦੇ ਵਿੱਚ ਕਹਿੰਦੇ ਆ ਵੀ ਸੈਲਫ ਡਿਸਟਰਕਟ ਮੈਕੈਨਿਜ਼ਮ ਵੀ ਸੀਗਾ ਜਿਸ ਨੂੰ ਰਿਮੋਟਲੀ ਚਾਈਨਾ ਤੋਂ ਐਕਟੀਵੇਟ ਕੀਤਾ ਜਾ ਸਕਦਾ ਸੀਗਾ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਕਹਿੰਦੇ ਵੀ ਉਹ ਕਲੀਅਰ ਨਹੀਂ ਆ ਵੀ ਇਹ ਨਹੀਂ ਹੋਇਆ ਆ ਕਿਉਂ ਜਾਂ ਫਿਰ ਮੈਕੈਨਿਜ਼ਮ ਮੈਲਫੰਕਸ਼ਨ ਜਿਹੜਾ ਕਰ ਲਿਆ ਜਾਂ ਹੋ ਸਕਦਾ ਵੀ ਚਾਈਨਾ ਨੇ ਇਸ ਨੂੰ ਜਾਣ ਕੇ ਹੀ ਟ੍ਰਿਗਰ ਨਾ ਕੀਤਾ ਹੋਵੇ 28 ਜਨਵਰੀ ਨੂੰ ਅਲਾਸਕਾ ਦੇ ਵਿੱਚ ਇਸ ਨੇ ਐਂਟਰੀ ਜਿਹੜੀ ਉਹ ਕੀਤੀ ਕਹਿੰਦੇ ਵੀ ਫਿਗਰ ਰੇਟ ਫਾਰਮੇਸ਼ਨ ਦੇ ਵਿੱਚ ਇਹ ਘੁੰਮ ਰਹੇ ਸੀਗੇ ਤਾਂ ਜੋ ਇੱਕ ਥਾਂ ਦੀ ਸਭ ਤੋਂ ਜ਼ਿਆਦਾ ਇੰਟੈਲੀਜੈਂਸ ਜਿਹੜੀ ਆ ਉਹ ਇਕੱਠੀ ਜਿਹੜੀ ਉਹ ਕੀਤੀ ਜਾ ਸਕੇ ਕਹਿੰਦੇ ਵੀ ਏ ਇੰਟੈਲੀਜੈਂਸੀ ਚਾਈਨਾ ਨੇ ਜਿਹੜੀ ਕਹਿੰਦੇ ਵੀ ਇਲੈਕਟ੍ਰੋਨਿਕ ਸਿਗਨਲਸ ਆ ਉਹਨਾਂ ਨੂੰ ਹੀ ਮੋਸਟਲੀ ਕਲੈਕਟ ਕੀਤਾ ਆ ਸੋ ਸੁੱਟਣ ਵੇਲੇ ਇਹ ਵੀ ਡਰ ਸੀ ਵੀ ਇਹਦੇ ਵਿੱਚ ਕੋਈ ਹੋਰ ਬਰੂਦ ਨਾ ਹੋਵੇ ਫਟ ਨਾ ਜਾਵੇ ਜਾਂ ਜਿਨਾਂ ਤੁਸੀਂ ਦੱਸਿਆ ਵੀ ਕਿਸੇ ਦੇ ਵਾਜੀ ਨਾ ਜਾਵੇ ਸੋ ਇਹ ਜਿਹੜੀ ਸਥਿਤੀ ਆ ਉਹ ਰਹੀ ਆ ਪਰ ਬਹੁਤ ਸਾਰੀਆਂ ਸੈਂਸਿਟਿਵ ਸਾਈਟਸ ਜਿਹੜੀਆਂ ਆ ਉਹਨਾਂ ਦੀ ਇੰਟੈਲੀਜੈਂਸ ਕਹਿੰਦੇ ਆ ਵੀ ਇਹਨਾਂ ਨੇ ਗੈਦਰ ਕੀਤੀ ਆ ਤਿੰਨ ਅਧਿਕਾਰੀ ਜਿਹੜੇ ਆ ਇਸ ਚੀਜ਼ ਨੂੰ ਕਹਦੇ ਆ ਵੀ ਉਹਨਾਂ ਨੇ ਇੰਟੈਲੀਜੈਂਸ ਜਿਹੜੀ ਆ ਸੈਂਸਿਟਿਵ ਸਾਈਟਸ ਤੋਂ ਜਿਹੜੀ ਉਹ ਕੀਤੀ ਆ ਸੋ ਇਹ ਹੁਣ ਇੱਕ ਨਵਾਂ ਜਿਹੜਾ ਹਰਜੋਤ ਸਿੰਘ ਜੀ ਮੁੱਦਾ ਮੁੱਦਾ ਤਾਂ ਚਲੋ ਪੁਰਾਣਾ ਹੀ ਸੀਗਾ ਪਰ ਇੱਕ ਵਾਰੀ ਫੇਰ ਫੋਰਫਰੰਟ ਦੇ ਉੱਤੇ ਇਹ ਆ ਚੁੱਕਾ ਆ ਵੀ ਇਹਨਾਂ ਇਹ ਇੰਨੀ ਜਿਹੜੀ ਕਾਮਯਾਬੀ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੇ ਆ ਡਿਫੈਂਸ ਕਿਕਰ ਜਿਹੜੇ ਨੇ ਲਾਇਡ ਆਸਟਨ ਉਹਨਾਂ ਨੇ ਸਟੇਟਮੈਂਟ ਉਦੋਂ ਜਾਰੀ ਜਿਹੜੀ ਉਹ ਕੀਤੀ ਸੀਗੀ ਜਦੋਂ ਇਹਨਾਂ ਨੇ ਸੈੱਟ ਲਿਆ ਸੀਗਾ ਇਸ ਬਲੂਨ ਨੂੰ ਵੀ ਯੂਐਸ ਮਿਲਟਰੀ ਦੇ ਕਮਾਂਡਰਸ ਨੇ ਇਹੀ ਸੋਚਿਆ ਸੀਗਾ ਵੀ ਲੈਂਡ ਦੇ ਉੱਤੇ ਨਹੀਂ ਜਿਹੜਾ ਉਹ ਆਪਾਂ ਸੁੱਟਣਾ ਤੇ ਉਸ ਹਵਾ ਉਸ ਨੂੰ ਪਾਣੀ ਦੇ ਵਿੱਚ ਹੀ ਸਮੁੰਦਰ ਦੇ ਵਿੱਚ ਹੀ ਸੁੱਟਿਆ ਗਿਆ ਉਦੋਂ ਇਹ ਵੀ ਦੌੜ ਲੱਗੀ ਸੀ ਵੀ ਪਹਿਲੋਂ ਕੌਣ ਇਸ ਦੇ ਜਿਹੜੇ ਕਹ ਲੋ ਵੀ ਡਿੱਗੇ ਨੇ ਪਾਰਟਸ ਨੇ ਉਸ ਨੂੰ ਜਿਹੜੇ ਉਹ ਲੈ ਕੇ ਹਾਸਲ ਕਰ ਸਕਦਾ ਆ ਅਮਰੀਕਾ ਨੇ ਵੈਂਚਿਲੀ ਉਸ ਨੂੰ ਜਿਹੜਾ ਆ ਉਹ ਕੱਢ ਲਿਆ ਸੀਗਾ ਸਮੁੰਦਰ ਚੋਂ ਤੇ ਹੁਣ ਉਸ ਦੁਬਾਰਾ ਬਣਾ ਕੇ ਦੇਖ ਰਹੇ ਆ ਵੀ ਕਿੱਦਾਂ ਦਾ ਸੀਗਾ ਤੇ ਕੀ ਕੁਛ ਜਿਹੜਾ ਉਹ ਕਰਨ ਦੀ ਸਮਰੱਥਾ ਹੋਰ ਰੱਖਦਾ ਸੀਗਾ ਤੇ ਹੁਣ ਜਦੋਂ ਰੇਨ ਤੇ ਰਸ਼ੀਆ ਦੀ ਗੱਲਬਾਤ ਕਰਦੇ ਜਾਈਏ ਰਸ਼ੀਆ ਨੇ ਯੂਐਸਏ ਦਾ ਇੱਕ ਵਲਟਰੀਟ ਜਨਰਲ ਦਾ ਰਿਪੋਰਟਰ ਆ ਉਸ ਨੂੰ ਜੇਲ੍ਹ ਚ ਕਰ ਦਿੱਤਾ ਹੈ ਤੇ ਫਿਨਲੈਂਡ ਨਾਟੋ ਨੂੰ ਜੁਆਇਨ ਕਰਨ ਜਾ ਰਿਹਾ ਕੱਲ ਇਹ ਇੱਕ ਬਹੁਤ ਵੱਡੀ ਜਿਹੜੀ ਡਿਵੈਲਪਮੈਂਟ ਹੋ ਰਹੀ ਹੈਗੀ ਆ ਫਿਨਲੈਂਡ ਦਾ ਝੰਡਾ ਨਾਟੋ ਦੇ ਹੈੱਡਕੁਆਟਰਸ ਦੇ ਉੱਤੇ ਕੱਲ ਨੂੰ ਯਾਨੀ ਕਿ ਮੰਗਲਵਾਰ ਨੂੰ ਪੂਰੀ ਦਿਨ ਝੁਲਣਾ ਸ਼ੁਰੂ ਹੋ ਜਾਊਗਾ ਨਾਟੋ ਕੰਟਰੀਜ਼ ਦੇ ਟੌਪ ਦੇ ਜਿਹੜੇ ਡਿਪਲੋਮੈਟ ਆ ਉਹ ਬਰਸਲਸ ਦੇ ਵਿੱਚ ਇਸ ਹਫਤੇ ਮਿਲ ਜਾ ਰਹੇ ਆ ਡਿਪਟੀ ਫੋਰਨ ਸੈਕਟਰੀ ਸੀਰੀਆ ਦੇ 터ਕੀ ਦੇ ਇਰਾਨ ਦੇ ਤੇ ਰਸ਼ੀਆ ਦੇ ਇਹ ਮਾਸਕੋ ਚ ਅੱਜ ਮਿਲ ਰਹੇ ਆ ਯੂਕਰੇਨੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੇਲੈਂਸਕੀ ਪੋਲੈਂਡ ਜਾ ਰਹੇ ਆ ਬੁੱਧਵਾਰ ਨੂੰ ਫਰਾਂਸ ਦੇ ਪ੍ਰੈਜ਼ੀਡੈਂਟ ਐਮੈਨੂਅਲ ਮੈਕਰੋਨ ਚਾਈਨਾ ਜਾ ਰਹੇ ਇਸ ਹਫਤੇ ਟਰਾਈਲੈਟਰਲ ਮੀਟਿੰਗੋ ਕਰ ਰਿਹਾ ਯੂਰਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਔਰਸੁਲਾ ਬੋਂਡਰ ਲਿਆਨ ਚਾਈਨਾ ਦੇ ਲੀਡਰ ਜ਼ੀ ਜ਼ਿੰਗ ਪੈਨ ਦੇ ਨਾਲ ਵੀਰਵਾਰ ਨੂੰ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਬੈਲਰੂਸ ਦੇ ਲੀਡਰ ਅਲੈਗਜ਼ੈਂਡਰ ਲੋਕਾਸ਼ੈਂਕੋ ਦੇ ਨਾਲ ਗੱਲਬਾਤ ਕਰਨ ਜਾ ਰਹੇ ਆ ਸੋ ਬਹੁਤ ਜਿਆਦਾ ਪੂਰੇ ਵਰਲਡ ਲੈਵਲ ਦੇ ਉੱਤੇ ਜਿਹੜੀ ਐਕਟੀਵਿਟੀ ਆ ਚੱਲ ਰਹੀ ਹੈਗੀ